ਪੰਜਾਬ ਦੇ ਇਤਿਹਾਸ ਨੂੰ ਲੈ ਕੇ ਪੰਜਾਬੀ ਲਹਿਰ ਅੱਜ ਤੁਹਾਨੂੰ ਲੈ ਕੇ ਜਾ ਰਹੀ ਹੈ ਗੁਰਦੁਆਰਾ ਸ੍ਰੀ ਸੱਚਖੰਡ ਸਾਹਿਬ ਅਤੇ ਤੁਹਾਨੂੰ ਦੱਸਾਂਗੇ ਇਸ ਅਸਥਾਨ ਦਾ ਇਤਿਹਾਸ। ਦਾਸ ਭੁਪਿੰਦਰ ਸਿੰਘ ਲਵਲੀ ਅਤੇ ਮੇਰੇ ਨਾਲ ਨੇ ਨਾਸਰ ਢਿੱਲੋਂ। ਫਾਰੂਕਾਬਾਦ ਤੋਂ 4 ਕਿਲੋਮੀਟਰ ਦੂਰੀ 'ਤੇ ਇੱਕ ਪਿੰਡ ਮੰਡੀ ਚੂੜਕਾਣਾ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ ਕੀਤਾ ਜਿਸ ਦੇ ਇਤਿਹਾਸ ਬਾਰੇ ਸਭ ਜਾਣਦੇ ਨੇ। ਪਰ ਇਸੇ ਹੀ ਗੁਰਦੁਆਰੇ ਤੋਂ ਸਿਰਫ 400 ਮੀਟਰ ਦੂਰੀ 'ਤੇ ਇੱਕ ਅਸਥਾਨ ਜਿਸ ਦਾ ਨਾਂ ਗੁਰਦੁਆਰਾ ਸੱਚਖੰਡ ਸਾਹਿਬ ਹੈ, ਬਹੁਤ ਹੀ ਘੱਟ ਲੋਕਾਂ ਨੂੰ ਇਹਦੇ ਇਤਿਹਾਸ ਬਾਰੇ ਪਤਾ ਹੈ। ਗੁਰੂ ਨਾਨਕ ਦੇਵ ਜੀ ਮੰਡੀ ਚੂੜਕਾਣਾ ਵਿਖੇ ਸੱਚਾ ਸੌਦਾ ਕਰਨ ਵਾਸਤੇ ਆਏ ਤਾਂ ਇਸੇ ਹੀ ਅਸਥਾਨ 'ਤੇ ਬੈਠ ਕੇ ਰੱਬ ਦਾ ਨਾਂ ਜਪਦੇ ਰਹੇ। ਇਸ ਅਸਥਾਨ 'ਤੇ ਹੀ ਗਰੀਬਾਂ ਅਤੇ ਲੋੜਵੰਦਾਂ ਵਾਸਤੇ ਲੰਗਰ ਗੁਰੂ ਜੀ ਮਹਾਰਾਜ ਆਪਣੇ ਹੱਥਾਂ ਨਾਲ ਤਿਆਰ ਕਰਦੇ ਸਨ। 1947 ਦੀ ਵੰਡ ਦੇ ਸਮੇਂ ਆਲ ਦੁਆਲ ਦੇ ਸਭ ਪਿੰਡਾਂ ਵਿੱਚ ਜਿੱਥੇ ਵੀ ਸਿੱਖ ਰਹਿੰਦੇ ਸਨ ਗੁਰਦੁਆਰਾ ਸੱਚਾ ਸੌਦਾ ਅਤੇ ਗੁਰਦੁਆਰਾ ਸੱਚਖੰਡ ਸਾਹਿਬ ਵਿਖੇ ਹੀ ਇਕੱਠੇ ਹੋਏ ਅਤੇ ਇੱਥੋਂ ਹੀ ਮਿਲ ਕੇ ਚੜ੍ਹਦੇ ਪੰਜਾਬ ਵੱਲ ਹਿਜਰਤ ਕੀਤੀ। ਜਿੱਥੇ ਤਕਦੀਰ ਨੇ ਇਹ ਗੁਰਤਾਮ ਸਿੱਖ ਪੰਥ ਤੋਂ ਦੂਰ ਕੀਤੇ, ਉੱਥੇ ਹੀ ਕੁਦਰਤ ਨੇ ਇਹਨਾਂ ਰੁੱਖਾਂ ਦੇ ਰੂਪ ਵਿੱਚ ਇਸ ਅਸਥਾਨ ਤੋਂ ਹਰ ਤਰ੍ਹਾਂ ਦੇ ਮੌਸਮ ਹਨੇਰੀ ਬਾਰਿਸ਼ ਤੋਂ ਆਪ ਹੀ ਛਾਤਾ ਬਣ ਕੇ ਸੇਵਾ ਕਰ ਰਹੀ ਹੈ। ਗੁਰੂ ਨਾਨਕ ਪਾਤਸ਼ਾਹ ਜਦੋਂ 20 ਰੁਪਏ ਦਾ ਵਪਾਰ ਕਰਨ ਆਏ, ਬਾਪੂ ਜੀ ਦੇ ਦਿੱਤੇ ਹੋਏ 20 ਰੁਪਏ ਦਾ ਉਹ ਵਪਾਰ ਕੀਤਾ ਜਿਹੜਾ ਕਿ ਲੰਗਰ ਛਕਾਇਆ। ਉਸ ਪਿੰਡ ਤੋਂ ਲਹਿੰਦੇ ਪਾਸੇ ਨਾਲ ਇੱਕ ਗੁਰਦੁਆਰਾ ਜਿਹਦਾ ਨਾਮ ਸੱਚਖੰਡ ਹੈ, ਜੋ ਆਪ ਜੀ ਦੇ ਮੇਰੇ ਬੈਕ ਸਾਈਡ 'ਤੇ ਦੇਖ ਰਹੇ ਹੋ। ਗੁਰਦੁਆਰਾ ਸੱਚਖੰਡ ਦੇ ਵਿੱਚ ਸਾਹਿਬ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਇੱਥੇ ਵਪਾਰ ਕਰਨ ਆਏ, ਲੰਗਰ ਖਵਾਉਂਦੇ ਸਨ, ਮਹਾਰਾਜ ਜੀ ਇੱਥੇ ਬੈਠਕ ਕਰਦੇ ਸਨ, ਇੱਥੇ ਬੈਠਦੇ ਸਨ, ਇੱਥੇ ਰੱਬ ਰੱਬ ਕਰਦੇ ਸਨ। ਅਤੇ ਮਹਾਰਾਜ ਜੀ ਜਦੋਂ ਇੱਥੇ ਬੈਠੇ ਤਾਂ ਇੱਕ ਵਪਾਰੀ ਸੀ ਜਿਹੜਾ ਕਿ ਗੁੜ ਅਤੇ ਸ਼ੱਕਰ ਦਾ ਕੰਮ ਕਰਦਾ ਸੀ। ਜਦੋਂ ਮਹਾਰਾਜ ਜੀ ਦੇ ਇੱਥੇ ਲਾਗੋਂ ਲੰਘਿਆ ਤਾਂ ਮਹਾਰਾਜ ਜੀ ਨੇ ਜਦੋਂ ਉਹਨੂੰ ਲੰਗਰ ਦਾ ਕਿਹਾ ਤਾਂ ਉਹਨੇ ਕਿਹਾ ਕਿ ਵੀ ਮੈਂ ਲੰਗਰ ਖਾ ਕੇ ਆਇਆ। ਅਤੇ ਮਹਾਰਾਜ ਜੀ ਨੇ ਕਿਹਾ ਕਿ ਕੀ ਕੰਮ ਕਰਦਾ ਹੈ? ਤਾਂ ਉਹਨੇ ਮਹਾਰਾਜ ਜੀ ਨੂੰ ਦੱਸਿਆ ਕਿ ਮੈਂ ਤਾਂ ਰੋੜੇ 'ਤੇ ਰੇਤ ਦਾ ਕੰਮ ਕਰਦਾ ਹਾਂ। ਅਤੇ ਕੁਛ ਦੂਰ ਅੱਗੇ ਗਿਆ ਅਤੇ ਉਹਦਾ ਜਿਹੜਾ ਖੱਚਰ ਸਨ ਉਹ ਬੈਠ ਗਏ ਅਤੇ ਉਹਨੇ ਦੇਖਿਆ ਕਿ ਵਾਕਈ ਮੇਰੇ 'ਤੇ ਗੁੜ ਸ਼ੱਕਰ ਦਾ ਕੰਮ ਸੀ ਅਤੇ ਉਹ ਰੋੜੇ ਬਣ ਗਏ ਅਤੇ ਆ ਕੇ ਮਹਾਰਾਜ ਦੇ ਚਰਨਾਂ 'ਚ ਡਿੱਗ ਪਿਆ। ਅਤੇ ਮਹਾਰਾਜ ਜੀ ਨੂੰ ਕਿਹਾ ਕਿ ਮੈਨੂੰ ਮਾਫ਼ੀ ਦਾ ਦਾਨ ਬਖਸ਼ੋ, ਮੈਂ ਤੁਹਾਡੇ ਨਾਲ ਮਜ਼ਾਕ ਮਖੌਲ ਕੀਤਾ। ਅਤੇ ਸਾਹਿਬ ਜੀ ਨੇ ਕਿਹਾ ਕਿ ਇਸ ਦਰ ਤੋਂ ਜੋ ਚੀਜ਼ ਤੂੰ ਭਰੇਗਾ ਉਹੀ ਚੀਜ਼ ਨਿਕਲੇਗੀ, ਲੇਕਿਨ ਇਸ ਦਰ ਤੋਂ ਜਿਹੜੀ ਚੀਜ਼ ਲੈ ਕੇ ਜਾਏਗਾ ਉਹ ਰੱਬ ਦਾ ਲੰਗਰ ਕਰਕੇ ਗਰੀਬਾਂ ਦੇ ਵਿੱਚ ਵੰਡੀ, ਭੁੱਖਿਆਂ ਦੇ ਵਿੱਚ ਵੰਡੀ। ਔਰ ਇਸ ਕਰਕੇ ਇਸ ਦਰ ਦਾ ਨਾਮ ਸੱਚਖੰਡ ਹੈ, ਕਿਉਂਕਿ ਉਹ ਬੰਦੇ ਨੇ ਸਾਰੀ ਉਮਰ ਆਪਣੀ, ਉਸ ਵਪਾਰੀ ਨੇ ਸਾਰੀ ਉਮਰ ਆਪਣੀ ਜਿਹੜੀ ਸੇਵਾ ਸੀ ਇਸ ਦਰ ਤੋਂ ਮਿੱਟੀ ਭਰ ਕੇ ਲੈ ਕੇ ਜਾਂਦਾ ਸੀ, ਗੁਰੂ ਨਾਨਕ ਦਾ ਲੰਗਰ ਲਿਜਾ ਕੇ ਵੇਚਦਾ ਸੀ। ਅਤੇ ਇਸ ਅਸਥਾਨ 'ਤੇ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਇੱਥੇ ਪ੍ਰਕਾਸ਼ ਹੁੰਦੇ ਸਨ, ਦੀਵਾਨ ਸਜਦੇ ਸਨ, ਲੇਕਿਨ ਅਸੀਂ ਸਿੱਖ ਜਗਤ ਅਰਦਾਸਾਂ ਕਰਦਾ ਹੈ ਕਿ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ, ਇਹ ਅਸੀਂ ਮਹਾਰਾਜ ਅਕਾਲ ਪੁਰਖ ਅੱਗੇ ਅਰਦਾਸਾਂ ਕਰਦੇ ਹਾਂ। ਲੇਕਿਨ ਅੱਜ ਵੀ ਇਹ ਅਸਥਾਨ ਜਿਹੜਾ ਉਹ ਗੁਰੂ ਪੰਥ ਤੋਂ, ਗੁਰੂ ਖਾਲਸਾ ਤੋਂ ਵਿਛੜਿਆ ਆਇਆ। ਅੱਜ ਮੇਰੇ ਬੈਕ ਸਾਈਡ 'ਤੇ ਤੁਸੀਂ ਦੇਖ ਰਹੇ ਹੋ ਇੱਕ ਸਿਰਫ ਪ੍ਰਕਾਸ਼ ਕਰਨ ਦੀ ਅਸਥਾਨ ਦੀ ਜਗ੍ਹਾ ਜਿਹੜੀ ਹੈ ਉਹ ਬਚੀ ਹੈ। ਪੰਜਾਬੀ ਲਹਿਰ ਦੀ ਟੀਮ ਸਿਰਫ ਇਹਨਾਂ ਅਸਥਾਨਾਂ ਦੇ ਦਰਸ਼ਨਾਂ ਤੱਕ ਹੀ ਮਹਦੂਦ ਨਹੀਂ ਰਹੇਗੀ, ਬਲਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਅਸਥਾਨਾਂ ਦੇ ਬਚਾਉਣ ਦਾ ਯਤਨ ਵੀ ਸ਼ੁਰੂ ਕਰ ਰਹੀ ਹੈ, ਜਿਸ ਵਿੱਚ ਪਾਕਿਸਤਾਨ ਦੀ ਗੌਰਮੈਂਟ ਅਤੇ ਵਿਦੇਸ਼ੀ ਸਿੰਘ ਵੀ ਪੰਜਾਬੀ ਲਹਿਰ ਦੀ ਟੀਮ ਦਾ ਸਾਥ ਦੇ ਰਹੇ ਹਨ।